ਰੋਪੜ ਹਲਕੇ ਦੀ ਟਿਕਟ ਮਿਲਣ ਤੇ ਲੋਕਾਂ ਨੇ ਖਿਲਾਏ ਬਰਿੰਦਰ ਢਿੱਲੋਂ ਨੂੰ ਲੱਡੂ। ਕਾਂਗਰਸ ਹਾਈ ਕਮਾਂਡ ਵੱਲੋਂ ਬਰਿੰਦਰ ਸਿੰਘ ਢਿੱਲੋਂ ਨੂੰ ਟਿਕਟ ਮਿਲਣ ਦੀ ਸੂਚਨਾ ਆਉਂਦੇ ਸਾਰ ਲੋਕਾਂ ਨੇ ਉਹਨਾਂ ਦੇ ਘਰ ਪੁੱਜ ਕੇ ਵਧਾਈ ਦਿੱਤੀ ਅਤੇ ਲੋਕਾਂ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਲੱਡੂ ਵੰਡੇ ਗਏ ਅਤੇ ਪਟਾਕੇ ਵੀ ਚਲਾਏ ਗਏ। ਪ੍ਰੈਸ ਨਾਲ ਗੱਲਬਾਤ ਕਰਦੇ ਹੋਇਆ ਬਰਿੰਦਰ ਸਿੰਘ ਢਿੱਲੋਂ ਤੇ ਉਹਨਾਂ ਦੇ ਪਿਤਾ ਵੱਲੋਂ ਕਿਹਾ ਗਿਆ ਕਿ ਉਹ ਰੂਪਨਗਰ ਦੇ ਸੂਝਵਾਨ ਵੋਟਰਾਂ ਨੂੰ ਕਾਂਗਰਸ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਹਨ ਅਤੇ ਬਰਿੰਦਰ ਢਿੱਲੋਂ ਨੂੰ ਨਹੀਂ ਸਗੋਂ ਰੋਪੜ ਹਲਕੇ ਨੂੰ ਜਿਤਾਉਣ ਲਈ ਕਾਂਗਰਸ ਪਾਰਟੀ ਨੂੰ ਜਿਤਾਉਣਾ ਬਹੁਤ ਜ਼ਰੂਰੀ ਹੈ। ਤੁਹਾਡਾ ਸਾਰਿਆਂ ਦੇ ਆਉਣ 'ਤੇ ਔਰ ਮੈਂ ਧੰਨਵਾਦੀ ਹਾਂ ਆਪਣੇ ਰੱਬ ਦਾ, ਉਸ ਪਰਮਾਤਮਾ ਦਾ ਜਿਹਦੇ ਆਸ਼ੀਰਵਾਦ ਸਦਕਾ ਇਹ ਟਿਕਟ ਮਿਲੀ ਆ। ਔਰ ਨਾਲ ਨਾਲ ਮੈਂ ਧੰਨਵਾਦ ਕਰਦਾ ਤਹਿ ਦਿਲੋਂ ਆਪਣੀ ਕਾਂਗਰਸ ਪਾਰਟੀ ਦਾ, ਸਮੁੱਚੀ ਲੀਡਰਸ਼ਿਪ ਦਾ, ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਵੀ ਇੱਕ ਵਾਰ ਹਾਰਨ ਤੋਂ ਬਾਅਦ ਦੁਬਾਰਾ ਮੈਨੂੰ ਇੱਕ ਮੌਕਾ ਦਿੱਤਾ। ਔਰ ਮੈਂ ਰੋਪੜ ਵਾਸੀਆਂ ਨੂੰ ਵੀ ਇਹੀ ਕਹੂੰਗਾ, ਇੰਨੀ ਵੋਟਾਂ ਦੇ ਹਾਰਨ ਤੋਂ ਬਾਅਦ ਮੇਰੀ ਪਾਰਟੀ ਨੇ ਮੇਰੇ 'ਚ ਵਿਸ਼ਵਾਸ ਦਿਵਾਇਆ। ਮੈਂ 5 ਸਾਲ ਜੋ ਕੁਛ ਕਰ ਸਕਦਾ ਸੀ ਮੈਂ ਕੀਤਾ ਔਰ ਅੱਗੇ ਵੀ ਇਹੀ ਕਰਦਾ ਰਹੂੰਗਾ। ਤੁਸੀਂ ਤੁਹਾਨੂੰ ਇਸ ਇਲੈਕਸ਼ਨ ਦੇ ਵਿੱਚ ਇੱਕ ਵਾਰ ਫਿਰ ਮੌਕਾ ਮਿਲ ਰਿਹਾ ਆਪਣੇ ਰੀਪ੍ਰਜੈਂਟੇਟਿਵ ਚੁਣਨ ਦਾ। ਮੈਂ ਇਹ ਕਹਿੰਦਾ ਵੀ ਆਪਣਾ ਰੀਪ੍ਰਜੈਂਟੇਟਿਵ ਚੁਣਨ ਦਾ ਤੁਹਾਡੇ ਕੋਲ ਇੱਕ ਫਿਰ ਮੌਕਾ ਵਾ। ਮੁੱਦੇ ਬਹੁਤ ਆ ਭਾਜੀ, ਮੁੱਦਾ ਇੱਕ ਹੋਵੇ ਤਾਂ ਮੈਂ ਕਹਾਂ, ਮੇਨ ਮੁੱਦੇ ਨਹੀਂ, ਮੁੱਦੇ ਰੋਜ਼ ਨਵੇਂ ਆਉਣਗੇ, ਰੋਜ਼ ਪੁਰਾਣੇ ਹੋ ਜਾਣਗੇ, ਲੇਕਿਨ ਕਾਬਲੀਅਤ, ਕਿਰਦਾਰ ਔਰ ਮੋਰਲ ਅਥਾਰਿਟੀ ਦੇ ਉੱਤੇ ਇਲੈਕਸ਼ਨ ਲੜਾਂਗੇ। ਮੈਂ ਤੁਹਾਨੂੰ ਇਹੀ ਕਹਿ ਰਿਹਾ ਵੀ ਇਨਫਰਾਸਟ੍ਰਕਚਰਲ ਡਿਵੈਲਪਮੈਂਟ ਤੋਂ ਲੈ ਕੇ, ਵਿਕਾਸ ਕਾਰਜਾਂ ਤੋਂ ਲੈ ਕੇ, ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ, ਨੌਜਵਾਨਾਂ ਦੀ ਨੌਕਰੀਆਂ ਤੋਂ ਲੈ ਕੇ, ਸਾਫ਼ ਸਫਾਈ ਤੋਂ ਲੈ ਕੇ, ਗਲੀਆਂ ਤੋਂ ਲੈ ਕੇ, ਹਰ ਛੋਟੇ ਤੋਂ ਵੱਡਾ ਮੁੱਦਾ ਐਡਰੈਸ ਕਰਾਂਗੇ ਔਰ ਇਹ ਕੋਸ਼ਿਸ਼ ਕਰਾਂਗੇ ਵੀ ਇਸ ਚੀਜ਼ ਨੂੰ ਅਸੀਂ ਜਿਹੜਾ ਇਹ ਸਮਾਂ ਵਾ, ਇਹ ਜਿਹੜਾ ਲੰਘਿਆ ਸਮਾਂ ਪਿਛਲੇ 15 ਸਾਲ ਤੋਂ ਪਹਿਲਾਂ ਕਾਂਗਰਸ ਦੇ ਇੱਥੇ ਰਾਜ ਨਹੀਂ ਆਇਆ, ਵੀ ਲੋਕਾਂ ਨੂੰ ਇੱਕ ਵਿਸ਼ਵਾਸ ਕਰਾਵਾਂ ਵੀ ਕਾਂਗਰਸ ਦੇ ਵਿੱਚ MLA ਦਾ ਆਹ ਇੱਕ ਕਾਰਗੁਜ਼ਾਰੀ ਆ। ਤੁਸੀਂ 10 ਸਾਲ ਅਕਾਲੀ ਦਲ ਦਾ MLA ਵੀ ਵੇਖ ਲਿਆ, ਤੁਸੀਂ 5 ਸਾਲ ਆਮ ਆਦਮੀ ਦਾ ਵੀ MLA ਵੇਖ ਲਿਆ, ਹੁਣ ਟਾਈਮ ਆ ਇੱਕ ਵਾਰ ਕਾਂਗਰਸ ਨੂੰ ਮੌਕਾ ਦੇਣ ਦਾ। ਵਰਿੰਦਰ ਸਿੰਘ ਢਿੱਲੋਂ ਦੀ ਜਿਹੜੀ ਕੋਠੀ ਦੇ ਵਿੱਚ ਖੜੇ ਆ, ਜਿੱਥੇ ਅੱਜ ਜਿਹੜਾ ਟਿਕਟ ਮਿਲਣ ਤੋਂ ਬਾਅਦ ਜਿਹੜਾ ਇੱਕ ਖੁਸ਼ੀ ਜਿਹੜੀ ਹੈ ਦੇਖੀ ਜਾ ਰਹੀ ਹੈ ਪੂਰੇ ਪਰਿਵਾਰ ਦੇ ਵਿੱਚ, ਪੂਰੇ ਜਿਹੜੇ ਇਲਾਕੇ ਦੇ ਵਿੱਚ ਬਹੁਤ ਸਾਰੇ ਸਮਰਥਕ ਜਿਹੜੇ ਇੱਥੇ ਪਹੁੰਚੇ ਹੋਏ ਹਨ ਢਿੱਲੋਂ ਸਾਹਿਬ ਨੂੰ ਮਿਲਣ ਵਾਸਤੇ। ਅਤੇ ਅਸੀਂ ਤੁਹਾਨੂੰ ਦਿਖਾਵਾਂਗੇ ਮਾਹੌਲ ਬਾਹਰ ਦਾ ਵੀ, ਅਤੇ ਸਾਡੇ ਢਿੱਲੋਂ ਸਾਹਿਬ ਦੇ ਡੈਡੀ ਸਾਹਿਬ, ਡੈਡੀ ਜੀ ਜਰਾ ਇੱਧਰ 2 ਮਿੰਟ ਜਰਾ, ਅਸੀਂ ਤੁਹਾਨੂੰ ਕਿਵੇਂ ਲੱਗ ਰਿਹਾ ਟਿਕਟ ਮਿਲੀ ਦੁਬਾਰੇ ਢਿੱਲੋਂ ਸਾਹਿਬ ਨੂੰ? ਅਸੀਂ ਵਾਹਿਗੁਰੂ ਦਾ ਸ਼ੁਕਰ ਕਰਦੇ ਹਾਂ, ਸਾਨੂੰ ਇੱਕ ਹੋਰ ਮੌਕਾ ਹੋਰ ਦਿੱਤਾ ਰੋਪੜ ਨੂੰ ਸਰਵ ਕਰਨ ਦਾ। ਪਹਿਲਾਂ ਨਾਲੋਂ ਜਿਹੜਾ ਕੋਈ ਵੱਖਰਾ ਕਰੋਗੇ? ਬਿਲਕੁਲ, ਪਹਿਲਾਂ ਅਸੀਂ ਕਿਹਾ ਸੀ ਮੇਰਾ ਹਲਕਾ ਮੇਰਾ ਪਰਿਵਾਰ, ਇਸ ਵਾਰ ਕਹਿੰਦੇ ਰੋਪੜ ਜਿੱਤੇਗਾ, ਅਤੇ ਅਸੀਂ ਚਾਹੁੰਦੇ ਰੋਪੜ ਜਿੱਤੇ, ਵਰਿੰਦਰ ਢਿੱਲੋਂ ਜਿੱਤੇ, ਰੋਪੜ ਦਾ ਸਵਾਰ ਹੋਏ, ਰੋਪੜ ਦੀ ਤਰੱਕੀ ਹੋਵੇ, ਅਸੀਂ ਰੋਪੜ ਵਾਸਤੇ ਹੀ ਲੜਾਂਗੇ ਲੜਾਂਗੇ। ਢਿੱਲੋਂ ਸਾਹਿਬ ਮੈਂ ਤੁਹਾਡੀ ਬਹੁਤ ਕਦਰ ਕਰਦਾ, ਕਿਉਂਕਿ ਤੁਹਾਡੇ ਬਾਰੇ ਫੀਡਬੈਕ ਆਉਂਦੀ ਸੀ ਸਾਡੇ ਕੋਲ ਵੀ, ਤੁਸੀਂ ਪਰਿਵਾਰ ਲੋਕਾਂ ਦੇ ਵਿੱਚ ਜਾਂਦੇ ਰਹੇ ਹੋ, ਪਰ ਲੇਕਿਨ ਲੋਕਾਂ ਦੇ ਵਿੱਚ ਇਹ ਸੀਗਾ ਵੀ ਉਹਨਾਂ ਦੇ ਜਿਹੜੇ ਤੁਹਾਡੀ ਜਿਹੜੀ ਫੇਸ ਵੈਲਿਊ ਮੈਨੂੰ ਦੇਖੀ ਹੈ, ਬਹੁਤ ਮਤਲਬ ਰਿਸਪੋਂਸ ਮਿਲਦਾ ਰਿਹਾ, ਅਤੇ ਕਿਉਂਕਿ ਤੁਹਾਨੂੰ ਲੋਕ ਬਹੁਤ ਲਾਈਕ ਕਰਦੇ ਸੀਗੇ। ਮੈਂ ਲੋਕਾਂ ਦਾ ਧੰਨਵਾਦ ਕਰਦਾ ਕਿ ਮੈਨੂੰ ਲਾਈਕ ਕਰਦੇ ਨੇ, ਅਸੀਂ ਜੋਗੇ ਨਹੀਂ ਹੈਗੇ ਪਰ ਲੋਕ ਸਾਨੂੰ ਪਸੰਦ ਕਰਦੇ, ਅਸੀਂ ਬੜੀ ਸ਼ੁਕਰਗੁਜ਼ਾਰ ਉਹਨਾਂ ਦਾ। ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਜੋ ਉਹਨਾਂ ਦੀ ਮਰਜ਼ੀ ਹੈ, ਜੋ ਕੁਛ ਕਰਾਂਗੇ, ਅਸੀਂ ਉਹਨਾਂ ਨੂੰ ਵਿਸ਼ਵਾਸ ਨਾਲ ਤੋੜਾਂਗੇ ਨਹੀਂ। ਹਲਕੇ ਦੇ ਲੋਕ ਚਾਹੁੰਦੇ ਹੈ ਵੀ ਜਿਹੜੇ ਸਾਨੂੰ ਵੀ ਨੇੜੇ ਰੱਖਿਆ ਜਾਵੇ, ਕਿਉਂਕਿ ਬਹੁਤ ਸਾਰੇ ਬੇਰੁਜ਼ਗਾਰੀ ਦੇ ਮੁੱਦੇ ਹੈ, ਜਿਵੇਂ ਕਿ ਢਿੱਲੋਂ ਸਾਹਿਬ ਤੁਹਾਡੇ ਟੀਮਾਂ ਸਾਹਿਬ ਦੇ ਇਲਜ਼ਾਮ ਲੱਗਦੇ ਆ ਵੀ ਕੁਛ ਬੰਦਿਆਂ ਨੂੰ ਨਾਲ ਲੈ ਕੇ ਤੁਰੀ ਜਾਂਦੇ ਆ, ਸਾਡਾ ਕੋਈ ਕੰਮ ਨਹੀਂ ਕਰਦਾ, ਇੱਦਾਂ ਦਾ ਕੋਈ ਪੱਖਪਾਤ ਕਿਸੇ ਨਾਲ ਨਹੀਂ? ਬਿਲਕੁਲ ਨਹੀਂ ਜੀ, ਸਾਡੇ ਦਰਵਾਜ਼ੇ ਖੁੱਲ੍ਹੇ ਰਹਿਣਗੇ, ਅਸੀਂ ਕਦੀ ਕਿਸੇ ਨਾਲ ਪੱਖਪਾਤ ਨਹੀਂ ਕੀਤਾ, ਨਾ ਕੋਈ ਉਹੋ ਜਿਹੇ ਕੰਮ ਕੀਤੇ ਜਿਹੜੇ ਟੀਮਾਂ ਸਾਹਿਬ ਦਾ, ਮੈਂ ਨਹੀਂ ਕਹਿੰਦਾ ਕੁਝ, ਪਰ ਅਸੀਂ ਨਾ ਕਿਸੇ ਨਾਲ ਪੱਖਪਾਤ ਕੀਤਾ, ਨਾ ਕਿਸੇ ਨਾਲ ਭੇਦ ਕਰਾਂਗੇ, ਅਸੀਂ ਜਿਹੜਾ ਸੱਚਾ ਬੰਦਾ ਉਹਦੇ ਨਾਲ ਖੜਾਂਗੇ, ਪੂਰਾ ਉਹ ਖੜਾਂਗੇ, ਜੋ ਮਰਜ਼ੀ ਕਿਸੇ ਦਾ ਹੋਏ। ਕੀ ਅਪੀਲ ਕਰਦੇ ਵੋਟਰਾਂ ਨੂੰ? ਮੈਂ ਅਪੀਲ ਕਰਦਾ ਬਰਿੰਦਰ ਢਿੱਲੋਂ ਨੂੰ, ਇਸ ਵਾਰ ਜਿਤਾਓ, 15 ਸਾਲ ਹੋ ਗਏ ਤੇ ਕਾਂਗਰਸ ਨੂੰ ਨਹੀਂ ਜਿਤਾਇਆ, ਬਾਕੀਆਂ ਨੂੰ ਸਾਰਾ ਵੇਖ ਲਿਆ, ਇਸ ਵਾਰ ਸਾਨੂੰ ਮੌਕਾ ਦਿਓ, ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਅਸੀਂ ਤੁਹਾਡੀ ਜਿਹੜੀ ਵੀ ਮੰਗਾਂ ਨੇ, ਜਿਹੜੀ ਵੀ ਕੁਛ ਕੰਮ ਹੈ, ਜ਼ਰੂਰ ਕਰਕੇ ਆਪਣੀ ਦੁਬਾਰਾ ਵੀ ਅਸੀਂ ਤੁਹਾਡੇ ਤੋਂ ਮੰਗਣ ਦੇ ਹੱਕਦਾਰ ਹੋਵਾਂਗੇ ਜੀ। ਧੰਨਵਾਦ ਜੀ। ਇਹ ਸਨ ਢਿੱਲੋਂ ਸਾਹਿਬ ਦੇ ਫਤ ਸਾਹਿਬ, ਜਿਨ੍ਹਾਂ ਨੇ ਸਾਨੂੰ ਗੱਲਬਾਤ ਕੀਤੀ ਹੈ ਅਤੇ ਦੱਸਿਆ ਕਿ ਕਿਵੇਂ ਜਿਹੜੇ ਉਹ ਲੋਕਾਂ ਦੇ ਨਾਲ ਇਸ ਵੇਲੇ ਰੋਪੜ ਦੇ ਵਿੱਚ ਉਹਨੂੰ ਜਿਤਾਓ, ਅਤੇ ਜਿਤਾਉਣ ਤੋਂ ਬਾਅਦ ਅਸੀਂ ਬਾਹਰ ਦਾ ਮੌਲ ਦਿਖਾਉਂਦੇ ਹਾਂ। ਬਾਜੀ ਚੱਲ ਰਹੀ ਹੈ ਢੋਲ ਧਮੱਕੇ ਦੇ ਨਾਲ, ਬਿਲਕੁਲ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰਾਂ ਦੇ ਵਿੱਚ ਕਾਫੀ ਜਿਹੜਾ ਖੁਸ਼ੀ ਦਾ ਮਾਹੌਲ ਜਿਹੜਾ ਪਾਇਆ ਜਾ ਰਿਹਾ। ਤਸਵੀਰਾਂ ਤੁਸੀਂ ਦੇਖੋ, ਰੋਪੜ ਤੋਂ ਜਿੱਥੇ ਵਰਿੰਦਰ ਸਿੰਘ ਦੇ ਦੋਨੋਂ ਟਿਕਟ ਮਿਲਣ ਤੋਂ ਬਾਅਦ ਇੱਧਰ ਢੋਲ ਧਮੱਕੇ ਦੇ ਨਾਲ ਢੋਲ ਵਜਾਇਆ ਜਾ ਰਿਹਾ, ਅਤੇ ਖੁਸ਼ੀ ਜਿਹੜੀ ਹੈ ਮੈਜਰ ਕੀਤੀ ਜਾ ਰਹੀ ਹੈ, ਅਤੇ ਟਿਕਟ ਮਿਲਣ ਦਾ ਜਿਹੜਾ ਅੱਜ ਖੁਸ਼ੀ ਜਿਹੜੀ ਹੈ, ਕਿਉਂਕਿ ਵਰਿੰਦਰ
ਕਰਨ।